ਗੁਰ ਸਾਹਿਬ ਜੀ ਸਗਲ ਦੁਆਰ ਕੋ ਛਾੜ ਕੇ ਗਹੀ ਤੁਹਾਰੋ ਦੁਆਰ ਬਾਹੇ ਗਏ ਕਿ ਲਾਜ ਇਸ ਗੋਵਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਕਾਲ ਸਤ ਸਤ ਸੰਗਤ ਜੀ ਆਪ ਸੰਗਤਾਂ ਦੇ ਹੁਕਮਾਂ ਨੂੰ ਮੁੱਖ ਰੱਖਦੇ ਹੋਏ ਪੂਰਨ ਬ੍ਰਹਮ ਗਿਆਨੀ ਰਾਜ ਜੋਗੀ ਤਤਵੇਤੇ ਬ੍ਰਹਮਨੇਸ਼ਤੀ ਬ੍ਰह्म श्रोत्री ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀਆ ਦਾ ਜੋ ਜੀਵਨ ਸੰਤ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਹੋਣਾ ਨੇ ਲਿਖਣਾ ਕੀਤਾ ਹੈ ਉਸ ਦੀ ਵਿਆਖਿਆ ਆਪਾਂ ਨੇ ਕੱਲ ਪਰ ਆਰੰਭ ਕੀਤੀ ਹੈ ਅੱਜ ਆਪਾਂ ਉਸ ਤੋਂ ਅੱਗੇ ਜਿਵੇਂ ਜਿਵੇਂ ਵੀ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਰੁਖਾਨੀ ਸੰਦੇਸ਼ ਦੇ ਵਿੱਚ ਬਿਆਨ ਕਰਦੇ ਹਨ ਉਸ ਦੀ ਵਿਚਾਰ ਕਰਾਂਗੇ ਮਨ ਚਿਤ ਬੁੱਧ ਦੀ ਇਕਾਗਰਤਾ ਦੁਆਰਾ ਧਿਆਨ ਨਾਲ ਸਰਵਣ ਕਰਨਾ ਕਰੋ ਇਹ ਜੋ ਗ੍ਰੰਥ ਹੈ ਜਿਸ ਦਾ ਨਾਮ ਰੁਖਾਨੀ ਸੰਦੇਸ਼ ਹੈ ਸ਼੍ਰੀਮਾਨ ਸੰਤ ਬਾਬਾ ਐਸ਼ਰ ਸਿੰਘ ਮਹਾਰਾਜ ਜੀ ਸ਼੍ਰੀਮਾਨ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਜੀ ਰਾੜਾ ਸੇਵਾਲਿਆਂ ਦੇ ਪਵਿੱਤਰ ਜੀਵਨ ਦੇ ਸਬੰਧ ਦੇ ਵਿੱਚ ਕੋਈ ਬਾਕੀ ਨਹੀਂ ਛੱਡੀ ਸਾਰੇ ਦਾ ਸਾਰਾ ਇਤਿਹਾਸ ਦੋ ਭਾਗਾਂ ਦੇ ਵਿੱਚ ਅੰਕਿਤ ਕਰ ਦਿੱਤਾ ਪਹਿਲੇ ਭਾਗ ਦੇ ਵਿੱਚ ਸੰਤ ਮਹਾਰਾਜ ਜੀਆਂ ਦਾ 1905 ਈਸਵੀ ਤੋਂ ਲੈ ਕਰਕੇ 1936 ਤੱਕ ਦਾ ਅਤੇ ਦੂਸਰੇ ਦੇ ਵਿੱਚ 1950 ਈਸਵੀ ਤੱਕ ਦਾ ਸਮਾਚਾਰ ਦਰਜ ਕਰ ਦਿੱਤਾ ਹੈ ਪਹਿਲੇ ਭਾਗ ਦੇ ਵਿੱਚ ਅਤੀਸ਼ਲਾਗਾ ਜੋਗ ਵਿਸਥਾਰ ਸਹਿਤ ਜਗਦੇਵ ਪੰवार ਦਾ ਜੀਵਨ ਲੇਖਕ ਨੇ ਬੜੀ ਮਿਹਨਤ ਬੜੀ ਖੋਜ ਕਰਕੇ ਲਿਖਣਾ ਕੀਤਾ ਹੈ ਜਨਮੇ ਜਾ ਤੇ ਭਾਰਤ ਵਰਸ਼ ਪੰਜਾਬ ਤੇ ਮਾਲਵੇ ਬਾਰੇ ਦਿੱਤੀ ਜਾਣਕਾਰੀ ਵੀ ਅਤਿਸ਼ਲਾਗਾ ਜੋਗ ਤੇ ਮਹਾਨ ਹੈ ਮਹਾਂਪੁਰਸ਼ਾਂ ਦੀ ਜਨਮ ਕੁੰਡਲੀ ਦਾਦਕੇ ਨਾਨਕੇ ਪਰਿਵਾਰਾਂ ਦੇ ਸਜਰੇ ਵੀ ਬੜੀ ਮਿਹਨਤ ਦੇ ਨਾਲ ਲੱਭੇ ਤਿਆਰ ਕੀਤੇ ਪਟਿਆਲਾ ਮੈਡਲ ਸਕੂਲ ਦੇ ਟੀਚਰਾਂ ਦੀ ਜਾਣ ਪਛਾਣ ਨਾਮ ਦਾ ਸਰੂਪ ਕਾਰਣ ਅਭਿਆਸ ਆਉਦੀ ਫਲ ਆਦਿ ਦੀ ਸੁੰਦਰ ਵਿਆਖਿਆ ਕੀਤੀ ਹੈ ਨਾਮ ਅਭਿਆਸ ਦਾ ਟੰਗ ਰਸਨਾ ਸਵਾਸ ਸਵਰਤ ਰੋਮ ਰੋਮ ਦੇ ਸਾਰੇ ਤਤਾਂ ਚੋਂ ਨਾਮ ਦੀ ਧੁਨੀ ਆਦੀ ਅਨਪਮ ਵਿਚਾਰ ਦਰਜ ਕਰਨਾ ਕੀਤੀ ਹੈ ਚਾਰ ਪ੍ਰਕਾਰ ਦੀਆਂ ਬਾਣੀਆਂ ਬੇਖੜੀ ਬਾਣੀ ਮਦਮਾ ਬਾਣੀ ਪਸੰਤੀ ਬਾਣੀ ਪਰਾ ਬਾਣੀ ਇਹਨਾਂ ਦੀ ਬੜੇ ਸੁੰਦਰ ਤਰੀਕੇ ਦੇ ਨਾਲ ਵਿਆਖਿਆ ਕੀਤੀ ਜੋ অতি ਸ਼ਲਾਗਾ ਯੋਗ ਤੇ ਪੜਨ ਦੇ ਯੋਗ ਹੈ ਸੰਤਾਂ ਦੀ ਨਾਦੀ ਬੰਸ ਦਾ ਸਜਰਾ ਫਕੀਰੀ ਦੇ ਲੱਛਣ ਚਾਰ ਸਾਧਕ ਵਿਵੇਕ ਬੈਰਾਗ ਖਟ ਸੰਪਤੀ ਮੋਖ ਇਛਾ ਦਾ ਵਰਣਨ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਦਾ ਖੋਜ ਭਰਪੂਰ ਸੰਖੇਪ ਜੀਵਨ ਅਧਿਆਤਮਕ ਰੋਗਾਂ ਦਾ ਵਰਣਨ ਤੇ ਉਹਨਾਂ ਦਾ ਇਲਾਜ ਤਿੰਨ ਸਾਲਾਂ ਬਾਅਦ ਸ਼ਾਹੀ ਦਾ ਰੂਪਕ ਪ੍ਰੀਤਵਾਨਾਂ ਦੇ ਧਾਰਨ ਜੋ ਉਪਦੇਸ਼ ਗੁਰੂ ਦੇ ਸਿੱਖ ਦੀ ਪ੍ਰੀਤੀ ਸਮੇਂ ਦੀ ਕਦਰ ਕਰਨੀ ਯਖਣੀ ਦੇ ਰੂਪ ਦੇ ਵਿੱਚ ਮਾਇਆ ਕਲਯੁਗ ਦੀ ਸੈਨਾ ਟੱਕੀ ਦੀ ਤਪੱਸਿਆ ਭਗਤੀ ਰੂਪ ਨਾਦੀ ਤੇ ਨੌਦਾ ਭਗਤੀ ਜੱਸਾ ਸਿੰਘ ਆਲੂ ਵਾਲੀ ਦੀ ਵੰਸ ਦੇ ਚਮਕਦੇ ਕੀਰੇ ਮਹਾਦਾਨੀ ਸਰਦਾਰ ਬਖਾਦਰ ਸਰਦਾਰ ਮੋਹਨ ਸਿੰਘ ਜੀ ਕੋਕਾ ਕੋਲਾ ਵਾਲਿਆਂ ਦੇ ਦਾਨ, ਪ੍ਰੇਮ, ਸ਼ਰਧਾ ਤੇ ਭਗਤੀ ਭਾਵ ਦਾ ਬੜਾ ਸੁੰਦਰ ਵਰਣਨ ਪੜਨ ਸੁਣਨ ਦੇ ਨਾਲ ਹੀ ਸਬੰਧ ਰੱਖਦਾ ਹੈ। ਹੁਣ ਦੋਵੇਂ ਭਾਗ ਇੱਕ ਰੂਪ ਦੇ ਵਿੱਚ ਵੀ ਕਰ ਦਿੱਤੇ ਗਏ ਹਨ। ਦੂਜੇ ਭਾਗ ਵਿੱਚ अनेका ਮਤਾਂ ਦੇ ਸਾਧੂਆਂ ਦਾ ਦਰਸ਼ਨ ਆ ਲਈ ਆਇਆ ਪ੍ਰਭਾਵਿਤ ਹੋ ਕੇ ਜਾਣਾ ਬਹੁਤ ਸਾਰੇ ਸੰਸਾਰੇ ਡਾਕਟਰ ਵੈਦ ਹਕੀਮ ਦਰਸ਼ਨ ਕਰਨ ਆਏ ਰੋਹਾਨੀ ਵੈਦ ਸੰਤ ਜੀ ਪਾਸੋਂ ਆਪਣੇ ਅਧਿਆਤਮਿਕ ਰੋਗਾਂ ਦਾ دارو ਲੈ ਕੇ ਗਏ ਤੇ ਸਦਾ ਵਾਸਤੇ arogy ho gaye uprant lakar rodi sakhar sindh da ilaka ਦੁਆਬੇ ਤੇ ਮੱਝ ਦੇ ਇਲਾਕੇ ਦੇ ਸ਼ਹਿਰਾਂ ਆਦ ਦੇ ਪ੍ਰੋਗਰਾਮ ਸ਼ਾਮਲ ਕੀਤੇ ਅੰਤ ਵਿੱਚ ਸੰਤਾਂ ਮਹਾਂਪੁਰਸ਼ਾਂ ਤੋਂ ਵਰਸਈਆਂ ਮਹਾਨ ਹਸਤੀਆਂ ਦੇ ਸੰਖੇਪ ਜੀਵਨ ਰਾੜਾ ਸਾਹਿਬ ਨਾਲ ਸਬੰਧਤ ਅਸਥਾਨ ਲੇਖਕ ਵੱਲੋਂ ਅੰਤਮ ਬੇਨਤੀ ਆਦਕ ਲਿਖਾਂ ਵਿੱਚ ਲੇਖਕ ਨੇ ਕੋਜ ਸਰਦਾ ਵਿਦਵਤਾ ਆਦਿਕ ਦੁਆਰਾ ਆਪਣੇ ਕਲਮ ਦੇ ਬੜੇ ਜੋਖਰ ਵਿਖਾਏ ਕਰਨ ਅਨਗਿਣਤ ਮਹਾਪੁਰਸ਼ਾਂ ਤੇ ਪਵਿੱਤਰ ਜੀਵਨ ਉਪਦੇਸ਼ ਤੇ ਪਰਉਪਕਾਰ ਲਿਖਣ ਤੋਂ ਬਿਨਾ ਜਗਤ ਦੀ ਅੰਧੇਰੀ ਰਾਤ ਵਿੱਚ ਗੁੰਮ ਹੋ ਗਏ ਜਿਸ ਤੋਂ ਬੇਸ਼ੁਮਾਰ ਜੀਵ ਲਾਭ ਲੈ ਸਕਦੇ ਸਨ ਸੰਤ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਦੀ ਕਲਮ ਦਾ ਇਹ ਐਹਸਾਨ ਸਦਾ ਯਾਦ ਰਹੇਗਾ ਜਿਸ ਨੇ ਆਪਣੀ ਮਿਹਨਤ ਘਾਲਣਾ ਤੇ ਸ਼ਰਧਾ ਦੇ ਨਾਲ ਮਹਾਂਪੁਰਖਾਂ ਦੇ ਜੀਵਨ ਲਿਖ ਕੇ ਆਪਣੇ ਆਪ ਨੂੰ ਸੁਭਾਗ ਬਣਾਉਣਾ ਕੀਤਾ ਹੈ ਵਿਦਵਾਨ ਲੇਖਕ ਜੀ ਨੇ ਇਸ ਪੁਸਤਕ ਦੇ ਵਿੱਚ ਸਾਦਾ ਸਰਲ ਸਪਸ਼ਟ ਆਮ ਸਮਝੀ ਜਾਣ ਵਾਲੀ ਤੇ ਰਸੀਲੀ ਭਾਸ਼ਾ ਦੀ ਵਰਤੋਂ ਕੀਤੀ ਹੈ ਗੁਰਮਤ ਸਹਿਤ ਬ੍ਰਿਜ ਭਾਸ਼ਾ ਗੁਰਮਤ ਸਾਹਿਤ ਬ੍ਰਿਜ ਭਾਸ਼ਾ ਤੇ ਹਿੰਦੀ ਸਾਹਿਤ ਦੇ ਅਧਿਐਨ ਦੇ ਕਾਰਨ ਭਾਵੇਂ ਇਸ ਰਚਨਾ ਵਿੱਚ ਸੰਤ ਭਾਸ਼ਾ ਦੇ ਵੀ ਕੁਝ ਸ਼ਬਦ ਆਪਮੁਖਾਰੇ ਆ ਗਏ ਪਰ ਫਿਰ ਵੀ ਬੋਲੀ ਬਧੇਰੇ ਕਰਕੇ ਠੇਠ ਤੇ ਟਕਸਾਲੀ ਪੰਜਾਬੀ ਵਰਣਨ ਦਾ ਹੀ ਯਤਨ ਕੀਤਾ ਗਿਆ ਹੈ ਬੋਲੀ ਮੁਹਾਵਰੇਦਾਰ ਤੇ ਟੁਕਵੀਂ ਹੈ ਗੁਰਬਾਣੀ ਤੇ ਹੋਰ ਗ੍ਰੰਥਾਂ ਦੀਆਂ ਥਾਂ ਥਾਂ ਸਿਰਜਜ ਦੀਆਂ ਫੱਬਦੀਆਂ ਟੁਕਾਂ ਦੇ ਪ੍ਰਮਾਣ ਦੇ ਕੇ ਸੁਜਾਨ ਲੇਖਕ ਜੀ ਨੇ ਆਪਣੀ ਰਚਨਾ ਨੂੰ ਬਧੇਰੇ ਖੂਬਸ਼ੂਰਤ ਦਿਲ ਕਸ਼ ਬਣਾ ਦਿੱਤਾ ਹੈ ਸ਼ਰਧਾਲੂ ਸੱਜਣਾ ਲਈ ਖਾਸ ਕਰਕੇ ਤੇ ਆਮ ਲੋਕਾਂ ਲਈ ਵਿਦਵਤਾ ਤੇ ਖੋਜ ਦੇ ਕਾਰਨ ਇਹ ਪੁਸਤਕ ਬੜੀ ਲਾਭਦਾਇਕ ਸਾਬਤ ਹੋਵੇਗੀ ਸੰਗਤਾਂ ਨੂੰ ਇਹ ਬੇਨਤੀ ਵੀ ਹੈ ਕਿ ਇਹ ਪੁਸਤਕ ਜੋ ਰੂਹਾਨੀ ਸੰਦੇਸ਼ਕ ਹੈ ਰੂਹ ਆਤਮਾ ਦੀ ਖਰਾਕ ਹੈ ਹਰ ਘਰ ਵਿੱਚ ਹਰ ਲਾਇਬ੍ਰੇਰੀ ਵਿੱਚ ਹੋਣੀ અત્યੰਤ ਜ਼ਰੂਰੀ ਹੈ ਕਿਉਂਕਿ ਹਰ ਇੱਕ ਲਾਇਬ੍ਰੇਰੀ ਦਾ ਇਹ ਸ਼ਿੰਗਾਰ ਹੋਵੇਗੀ ਤਾਂ ਕਿ ਆਉਣ ਵਾਲੀਆਂ ਨਸਲਾਂ ਤੇ ਗੁਰਮਤ ਦਾ ਪ੍ਰਭਾਵ ਪਵੇ ਲੇਖਕ ਦੇ ਵੱਲੋਂ ਜਨਮ نگر ਦੇ ਵਾਸਤੇ ਆਚਾਰ 17 ਕੁਝ ਇਸ ਤਰ੍ਹਾਂ ਲਿਖੀਆਂ ਗਈਆਂ ਨੇ ਭੈਣੀ ਬਾਗਾ ਹੈ ਉਸ ਦਾ ਨਾਮ ਯਾਰੋ ਜਿਤੇ ਜਨਮ ਅਮੋਲ ਨੂੰ ਪਾਇਆ ਮੈਂ ਰੋਜ ਕਟਦਾ ਵਾਂਗ ਮੁਸਾਫਰਾਂ ਦੇ ਨਹੀਂ ਮਹਿਲ ਮਕਾਨ ਬਣਾਇਆ ਮੈਂ ਬ੍ਰਹਮਚਰਜ ਤੋਂ ਕਰਿਆ ਸੰन्यास ਧਾਰਨ ਨਹੀਂ ਗ੍ਰਸਤ ਗੁਲ ਚਮਨ ਲਗਾਇਆ ਮੈਂ ਮੋਗਨ ਖਰੀ ਵੈਰਾਗ ਦੀ ਮੇਹਰਬਾਨੀ ਆਪ ਸੱਜਣਾ ਸਾਹਮਣੇ ਆ ਆ ਮੈਂ ਇਸ ਪੁਸਤਕ ਦੇ ਜੋ ਸੁਜਾਨ ਲੇਖਕ ਸੰਤ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਕਥਾਵਾਚਕ ਰਾੜਾ ਸਾਹਿਬ ਸੁਭਾਅ ਦੇ અત્યੰਤ ਨਰਮ ਜਵਾਨ ਦੇ ਮਿੱਠੇ ਗੰਭੀਰ ਸਮਝਦਾਰ ਮਿਲਣਸਾਰ ਮਿੱਤਰਾਂ ਦੇ ਮਿੱਤਰ ਮਿਹਨਤੀ ਧੰਨ ਦੇ ਪੱਕੇ ਦ੍ਰਿੜ ਇਰਾਦੇ ਦੇ ਮਾਲਕ ਹੋ ਜੀ ਗੁਰਮਤਿ ਦੇ ਗਿਆਤਾ ਸਿੱਖੀ ਰਹਿਤ ਵਿੱਚ ਪਰਪੱਕ ਗੁਰਬਾਣੀ ਦੇ ਨਿਤਨੇਮੀ ਨਾਮ ਅਭਿਆਸੀ ਤੇ ਵਿਦਵਾਨ ਸੱਜਣ ਹਨ ਇਹਨਾਂ ਨੇ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰੜਸੇ ਵਾਲਿਆਂ ਅਤੇ ਉਹਨਾਂ ਤੋਂ ਵਰੋਸਾਈਆਂ ਮਹਾਨ ਹਸਤੀਆਂ ਦੀਆਂ ਜੀਵਨ ਝਲਕਾਂ ਦੀ ਇਹ ਸੁੰਦਰ ਪੁਸਤਕ ਰਚ ਕੇ ਸਿੱਖ ਸਾਖਿਤ ਦੇ ਪੰਜਾਬੀ ਸਾਕੇਤ ਵਿੱਚ ਇੱਕ ਨਵਾਂ ਮੀਲ ਪੱਥਰ ਗੱਡਿਆ ਹੈ ਜੋ ਸਦਾ ਲਈ ਆਪਦੀ ਅਮਿੱਟ ਯਾਦਗਾਰ ਬਣਿਆ ਰਹੇਗਾ। ਮਾਲਵੇ ਦੇਸ਼ ਦੀ ਪਾਵਨ ਧਰਤੀ ਗੁਰੂ ਕੀ ਕਾਸ਼ੇ ਜਿਸ ਨੂੰ ਗੁਰਵਾਣੀ ਦੇ ਸੰਪਰਦਾਇ ਅਰਥਾਂ ਦੀ ਟਕਸਾਲ ਅਤੇ ਪੰਜਵੇਂ ਤਖਤ ਹੋਣ ਦਾ ਮਾਣ ਪ੍ਰਾਪਤ ਹੈ। ਤੋ 15 ਕੁਮੀਲ ਪਘਾੜ ਵੱਲ ਦੇ ਪਾਸੇ ਪਿੰਡ ਭੈਣੀ ਵਾਗਾ ਰਿਆਸਤ ਪਟਿਆਲਾ ਜੋ ਅੱਜ ਕੱਲ੍ਹ ਜ਼ਿਲ੍ਹਾ ਮਾਨਸਾ ਵਿਖੇ ਆਪ ਜੀ ਦਾ ਜਨਮ 4 ਅਗਸਤ 1926 ਈਸਵੀ ਮੁਤਾਬਕ ਸਾਵਣ ਸੁਦੀ ਤ੍ਰਾਦ ਸੀ 1983 ਬਿਕਰਮੀ ਨੂੰ ਸਹਿਜ ਧਾਰੀ ਸਿੱਖਾਂ ਦੇ ਘਰ ਹੋਇਆ ਆਪ ਦੇ ਪਿਤਾ ਸਰਦਾਰ ਅਰੂੜ ਸਿੰਘ ਜੀ ਤੇ ਮਾਤਾ ਗੰਗਾ ਦੇਵੀ ਜੀ ਸਨ ਛੋਟੀ ਉਮਰੇ ਪਿਤਾ ਦਾ ਸਾਆਯਾ ਸੀਸ ਤੋਂ ਦੂਰ ਹੋ ਗਿਆ ਮਾਤਾ ਦੇ ਨਿੱਗੀ ਤੇ ਮਿੱਟੀ ਗੋਦ ਦਾ ਆਨੰਦ ਮਾਣਿਆ ਵੱਡੇ ਭਰਾਤਾ ਵੱਲੋਂ ਪੂਰਨ ਗਿਆ ਪਿਆਰ ਸਤਿਕਾਰ ਮਿਲਿਆ ਬਚਪਨ ਵਿੱਚ ਖਮਜੋਲੀਆਂ ਨਾਲ ਮਿਲ ਕੇ ਜ਼ਿੰਦਗੀ ਖਾਨ ਪਹਿਨਣ ਤੇ ਸੌਣ ਤੱਕ ਹੀ ਸੀਮਤ ਰੱਖੀ ਪੰਜ ਜਮਾਤਾਂ ਪੰਜਾਬੀ ਤੇ ਉਰਦੂ ਦੇ ਵਿੱਚ ਪਿੰਡ ਦੇ ਸਕੂਲ ਦੇ ਵਿੱਚ ਹੀ ਪਾਸ ਕੀਤੀਆਂ ਮਾਤਾ ਪਿਤਾ ਆਸਤਕ ਖਿਆਲੀ ਤੇ ਪੂਰਨ ਵੈਸ਼ਨਵ ਹੋਣ ਕਰਕੇ ਇਨਾਂ ਦੇ ਘਰ ਦੇ ਵਿੱਚ ਵਾਰਤ ਕਰਮਾਏਨ ਸ਼੍ਰੀਮਦ ਭਗਵਤ ਪੁਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ 18 ਅਧਿਆਏ ਗੀਤਾ ਤੇ ਹੋਰ ਪੰਜਾਬੀ ਦੇ ਧਾਰਮਿਕ ਪੁਸਤਕਾਂ ਵਿੱਚ ਇਹ ਇਹ ਸਭ ਗ੍ਰੰਥ ਪੋਤੀਆਂ ਪਿੰਡ ਦੇ ਵਿੱਚ ਹੀ ਪੜ ਲਏ ਸਨ ਆਪ ਜੀ ਨੇ ਛੋਟੀ ਉਮਰ ਹੀ ਪਿਛਲੇ ਸੰਸਕਾਰਾਂ ਅਨੁਸਾਰ ਧਰਮ ਵੱਲ ਕੁਦਰਤੀ ਰੁਚੀ ਸੀ ਪਰ ਇਸ ਜਗ੍ਹਾ ਕਿਸੇ ਪੂਰਨ ਸਤਪੁਰਸ਼ ਦੀ ਸੰਗਤ ਨਸੀਬ ਨਾ ਹੋ ਸਕੇ ਜਿਸ ਕਰਕੇ ਮਨ ਦੀ ਰੂਖਾਨੀ ਖੁਰਾਕ ਦੀ ਘਾਟ ਪੂਰੀ ਕਰਨ ਦੇ ਵਾਸਤੇ ਆਪ ਜੀ ਕਈ ਥਾਵਾਂ ਤੇ ਫਿਰਦੇ ਹੋਏ ਰਾਜਸਥਾਨ ਦੇ ਇਲਾਕੇ ਗੰਗਾਨਗਰ ਗੰਗਾਨਗਰ ਜ਼ਿਲ੍ਹੇ ਦੇ ਚੱਕ ਨੰਬਰ 7 ਐਨ ਐਨ ਵਿੱਚ ਪੁੱਜੇ ਇਤੇ ਰਾੜਾ ਸਾਹਿਬ ਵਾਲੇ ਮਹਾਪੁਰਸ਼ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀਆਂ ਤੋਂ ਵਰੋ ਸਾਹਿਬ ਕੋਈ ਮਹਾਪੁਰਸ਼ ਸੰਤ ਇੰਦਰ ਸਿੰਘ ਜੀ ਦੀ ਸੰਗਤ ਪ੍ਰਾਪਤ ਹੋਈ। ਉਹ ਗੁਰਬਾਣੀ ਦੇ ਪਰਮ ਪ੍ਰੀਤਵਾਨ ਨਾਮ ਸਿਮਰਨ ਦੇ ਰਸੀਏ ਸਨ। ਉਹਨਾਂ ਦੀ ਸੰਗਤ ਸਦਕਾ ਮਨ ਨੂੰ ਢਾਰਸ ਮਿਲੀ। ਉਹਨਾਂ ਦੀ ਹੀ ਪ੍ਰੇਰਣਾ ਨਾਲ ਇੱਕ ਵਾਰੀ ਰਾੜਾ ਸਾਹਿਬ ਦਰਸ਼ਨਾਂ ਲਈ ਆਏ ਤਾਂ ਸਾਧ ਸੰਗਤ ਇੱਥੇ ਹੀ ਟਿਕ ਗਏ ਉਸ ਸਮੇਂ ਸੰਤ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਹੋਣਾਂ ਦੀ ਉਮਰ ਲਗਭਗ 19 ਕੋ ਸਾਲ ਦੀ ਹੋਈ ਸੀ 1945 ਈਸਵੀ ਤੋਂ 1950 ਈਸਵੀ ਤੱਕ ਲਗਭਗ 6 ਵਰਸ ਇੱਥੇ ਰਹਿ ਕੇ ਸੇਵਾ ਤੇ ਸਿਮਰਨ ਦਾ ਆਨੰਦ ਮਾਣਦੇ ਰਹੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦੀ ਸੰਥਾ ਰਾਣਾ ਸਾਹਿਬ ਰਹਿੰਦੇ ਹੋਇਆ ਗਿਆਨੀ ਬਲਵੀਰ ਸਿੰਘ ਜੀਾਂ ਤੋਂ ਪ੍ਰਾਪਤ ਕੀਤੀ। ਉਪਰੰਤ ਗੁਰਮਤਿ ਵਿਦਿਆ ਦੀ ਪੜ੍ਹਾਈ ਦਾ ਸ਼ੌਂਕ অতি ਪਰਵਲਕ ਹੋ ਗਿਆ ਤਾਂ ਮਹਾਪੁਰਸ਼ਾਂ ਤੋਂ ਆਗਿਆ ਲੈ ਕਰਕੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਧੂਰਕੋਟ ਸ਼੍ਰੀਮਾਨ ਸੰਤ ਗਿਆਨੀ ਵਿਰਿਆਮ ਸਿੰਘ ਜੀ ਮਹਾਰਾਜ ਜੀ ਦੇ ਪਾਸ ਪੁੱਜ ਗਏ ਤਿੰਨ ਸਾਲ ਲਗਾਤਾਰ ਪੜ੍ਹਾਈ ਦੇ ਵਿੱਚ ਲੀਨ ਰਹੇ ਇਸ ਤਰ੍ਹਾਂ ਛੋਟੇ-ਛੋਟੇ ਗ੍ਰੰਥ ਅਰਥਾਂ ਸਮੇਤ ਪੜ੍ਹਨ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ ਦੀ ਰਚਨਾ ਸ਼੍ਰੀ ਗੁਰਪੰਥ ਪ੍ਰਕਾਸ਼ ਅਰਥਾਂ ਸਹਿਤ ਪੜ੍ਹੇ ਤੇ ਵਿਚਾਰੇ ਇਤੋਂ ਫਿਰ ਮਸਤਵਾਨ ਸਾਹਿਬ ਆ ਗਏ ਅਤੇ ਸ਼੍ਰੀਮਾਨ ਸੰਤ ਗਿਆਨੀ ਚੰਨਣ ਸਿੰਘ ਜੀ ਗੁਰਨੇ ਵਾਲਿਆਂ ਤੋਂ ਇੱਕ ਸਾਲ ਵਿੱਚ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅਤੇ ਭਾਈ ਸਾਹਿਬ ਆਏ ਗੁਰਦਾਸ ਜੀ ਦੀਆਂ ਵਾਰਾਂ ਦਾ ਅਰਥਾਂ ਸਹਿਤ ਅਧਿਐਨ ਕੀਤਾ ਸ਼੍ਰੀਮਾਨ ਪੰਡਿਤ ਮਾਨ ਸਿੰਘ ਜੀ ਦਮਦਮੀਏ ਪਾਸ ਵੀ ਕੁਝ ਕੁ ਸਮਾਂ ਪੜ੍ਹਦੇ ਰਹੇ ਲੋਹਟਵੱਦੀ ਸੰਤ ਰਣ ਧੀਰ ਸਿੰਘ ਜੀ ਪਾਸ ਵੀ ਆਪ ਜੀ ਪੜ੍ਹੇ 1954 ਈਸਵੀ ਦੇ ਵਿੱਚ অতি ਸਤਿਕਾਰਯੋਗ ਮਹਾਪੁਰਖ ਸ਼੍ਰੀਮਾਨ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਭਿੰਡਰਾਵਾਲੇ ਵਿਦਿਆਮਾਰਤ ਟੰਡਵਾਲਿਆਂ ਦੇ ਜਥੇ ਦੇ ਵਿੱਚ ਆ ਕੇ ਵਿਦਿਆਰਥੀ ਬਣੇ ਜੱਤੇ ਵਿੱਚ ਰਹਿ ਕੇ ਤਕਰੀਬਨ 3 ਕੋ ਸਾਲ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ ਦਾਸਮ ਗ੍ਰੰਥ ਸ੍ਰੀ ਦਾਸਮ ਗੁਰੂ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ 12 ਪਾਏ ਗੁਰਦਾਜ ਜੀ ਅਰਦਾਸ ਸਮੇਤ ਪੜ੍ਹੀਆਂ ਤੇ ਮਹਾਵਾਕ ਦੀ ਕਥਾ ਕਰਨ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ 1900 57 ਈਸਵੀ ਦੇ ਵਿੱਚ ਇੱਕ ਸਾਲ ਵਿੱਚ ਮੂਲੋਵਾਲ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਇਤਿਹਾਸ ਅਤੇ ਗੁਰਬਾਣੀ ਦੀ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਾ ਕੀਤਾ 1958 ਈਸਵੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਇੱਥੇ ਪੰਡਿਤ ਕਲਿਆਣ ਸਿੰਘ ਜੀ ਪਾਸੋਂ ਵਿਚਾਰ ਚੰਦਰੋਦਕ ਵਿਚਾਰ ਸਾਗਰ ਤੇ ਮੋਕਸ਼ ਪੰਥਾਤਿਕ ਵਿਦਾਂਤ ਦੇ ਗੁੜ ਗ੍ਰੰਥ ਵਿਚਾਰੇ ਤੇ ਨਾਲ ਹੀ શ્રીਮਾਨ ਸੰਤ ਅਮੀਰ ਸਿੰਘ ਜੀ ਦੇ ਡੇਰੇ શ્રીਮਾਨ ਗਿਆਨੀ ਕ੍ਰਿਪਾਲ ਸਿੰਘ ਜੀ ਹੁਰਾਂ ਪਾਸੋਂ ਆਦਿ ਸ਼ਿਦਿ ਗੁਰੂ ਗ੍ਰੰਥ ਸਮਹ ਰਾਜੀ ਦੀ ਕਥਾ ਸੁਣਦੇ ਰਹੇ ਇਸ ਦੌਰਾਨ ਡੇਰਾ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਿਖੇ ਰੇਖਾਇਸ਼ ਰੱਖੀ। ਇਸੇ ਡੇਰੇ ਦੇ ਵਿੱਚ ਸ੍ਰੀ ਗੁਰੂ ਸੂਰਜ ਸ੍ਰੀ ਗੁਰਪ੍ਰਤਾਪ ਸੂਰਜ ਦੀਆਂ 2 ਤੇ 3 2 ਤੇ ਸ੍ਰੀ ਗੁਰੂ ਪੰਤ ਪ੍ਰਕਾਸ਼ ਦੀ ਇੱਕ ਕਥਾ ਕੀਤੀ। ਇਸੇ ਅਰਸ਼ੇ ਦੇ ਵਿੱਚ ਆਪ ਸਤੋਵਾਲੀ ਗਲੀ ਡੇਰੇ ਦੇ ਵਿੱਚ ਪਹੁੰਚ ਕੇ ਉੱਥੋਂ ਦੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਸੰਥਿਆ ਕਰਵਾਉਣੀ ਸ਼ੁਰੂ ਕਰ ਦਿੱਤੀ। ਕੁਝ ਸਮਾਂ ਡੇਰਾ ਸੱਤੋਂ ਵਾਲੀ ਗਲੀ ਵਿਖੇ ਸ਼ਾਮ ਨੂੰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਰਹੇ। ਇਨਾਂ ਹੀ ਦਿਨਾਂ ਦੇ ਵਿੱਚ ਗਿਆਨੀ ਹਰੀ ਸਿੰਘ ਜੀ ਬਜਾਜ ਨੇ ਜਿਹੜੇ ਫਿਰ ਦੋ ਵਾਰ ਕਾਬਲ ਅਤੇ ਇੱਕ ਵਾਰ ਮਲਾਇਆ ਭਾਵ ਮਲੇਸ਼ੀਆ ਦੇ ਵਿੱਚ ਪ੍ਰਚਾਰ ਦौरा ਕਰਨ ਵਾਸਤੇ ਗਏ ਆਪ ਪਾਸੋਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਮੁਕੰਮਲ ਸੰਥਾ ਸੁਣੀ ਸੰਗਤਾਂ ਦੀ ਮੰਗ ਅਨੁਸਾਰ ਭਾਰਤ ਭਰ ਦੇ ਵੱਡੇ ਵੱਡੇ ਸ਼ਹਿਰਾਂ ਕਲਕੱਤਾ ਟਾਟਾ ਨਗਰ ਰਾਂਚੀ ਕਾਂਪੂਰ ਆਦਿਕ ਵਿੱਚ ਵਿਚਰਦੇ ਕਥਕ ਕਰਦੇ ਰਹਿ ਕੇ 6 ਮਹੀਨੇ ਸੰਤ ਮਹਾਰਾਜ ਰਾਣਾ ਸੇਵਾਲਿਆਂ ਦੇ ਪਵਨ ਸਥਾਨ ਤਬਲਾਨ ਜਿੱਤੇ ਦਾਸ ਦੇ ਦਾਦਾ ਜੀਆ ਨੇ 40-50 ਸਾਲ ਸੇਵਾ ਕੀਤੀ ਜਥੇਦਾਰ ਜਥੇਦਾਰ ਸੰਤ ਪ੍ਰੇਮ ਸਿੰਘ ਜੀ ਦਬਲਾਨ ਕਣਗਸ ਵਾਲਿਆਂ ਨੇ ਉਸ ਅਸਥਾਨ ਤੇ ਅਤ 6 ਮਹੀਨੇ ਦੂਜੀ ਵਾਰ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਮੂਲੋਵਾਲ ਸੰਗਰੂਰ ਵਿਖੇ ਕਥਾ ਕੀਤੀ ਇਸ ਤੋਂ ਪਹਿਲਾਂ ਜੋ ਇਹਨਾਂ ਦੀ ਕਲਮ ਨੇ ਗੁਰਮਤਿ ਸਾਖਤ ਵਿੱਚ ਵਾਧਾ ਕੀਤਾ ਉਹ ਵੀ ਬੜੇ ਹੀ ਪ੍ਰੇਮ ਨਾਲ ਤਿਆਰ ਕੀਤੇ ਗ੍ਰੰਥ ਹਨ ਸੋ ਸਾਧ ਸੰਗਤ ਜੀ ਜੀ ਉਹਨਾਂ ਦੀ ਗਿਣਤੀ ਕਰਨ ਵਾਸਤੇ ਲੱਗिए ਤਾਂ ਅਤਿਅੰਤ ਉਹ ਗ੍ਰੰਥ ਹਨ ਜਿਨ੍ਹਾਂ ਦੇ ਵਿੱਚ ਆਪ ਜੀ ਨੇ ਬੜਾ ਹੀ ਵਾਧਾ ਕੀਤਾ ਸੋ ਬਰਸ ਏ ਕਹੋ ਫਿਰਿਓ ਕਿਨੇ ਨੋਂ ਪਰਚੌ ਲਾਇਓ ਕਹਤੇ ਕਹਤੀ ਸੁਣੀ ਰਹਤ ਕੋ ਖੁਸ਼ੀ ਨਾ ਆਇਓ ਲੇਖਕ ਆਪਣੀ ਮਨੋਵੇਦਨਾ ਲਿਖ ਰਿਹਾ ਹੈ ਕਿ ਮਨੋ ਭਾਵਨਾ ਮਨੋ ਦਸ਼ਾ ਵਿਰਾਗ ਪ੍ਰੇਮ ਵਿਰਾਗ ਦੀ ਡਾਮਡੂਲ ਅਵਸਥਾ ਵਿੱਚ ਕਿਸੇ ਪੂਰਨ ਵਿਅਕਤੀ ਦੀ ਭਾਲ ਵਿੱਚ ਥਾਂ ਥਾਂ ਤੇ ਫਿਰਦੇ ਹੋਏ ਜਦੋਂ ਬੀਕਾਨੇਰ ਦੇ ਚੱਕਾਂ ਵਿੱਚ ਪੁੱਜੇ ਤਾਂ ਪੂਰਵ ਕਰਮ ਅੰਕੁਰਜ ਪ੍ਰਗਟੇ ਪੇਟੇਪੁਰਖ ਰਸਕ ਵੈਰਾਗੀ ਦੇ ਮਹਾਵਾਕ ਅਨੁਸਾਰ ਪਿਛਲੇ ਸੰਸਕਾਰਾਂ ਦੀ ਪ੍ਰਵਲਤਾ ਸੰਤ ਬਾਬਾ ਇੰਦਰ ਸਿੰਘ ਜੀ ਦਾ ਮਿਲਾਪ ਹੋਇਆ ਜਿਨ੍ਹਾਂ ਦੀ ਬਖਸ਼ਿਸ਼ ਤੇ ਪ੍ਰੇਰਣਾ ਸਦਕਾ ਹਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰਸਤਗੁਰ ਸੰਗ ਕੀਰੇ ਕਮ ਥਾਪੇ 10 ਜੂਨ 1945 ਈਸਵੀ ਦਾ ਸੁਭ ਦੇ ਘਾੜਾ ਆਇਆ ਕੁਰਬਾਨ ਜਾਈ ਉਸ ਵੇਲਾ ਸੁਖਾ ਵੀ ਜਿਤ ਤੁਮਰੇ ਦਵਾਰੇ ਆਇਆ ਜਦੋਂ ਕਿ ਕਰਮ ਸਰ ਦੀ ਪਾਵਨ ਧਰਤੀ ਦਾ ਦਿਦਾਰ ਕੀਤਾ ਤਨ ਸੋ ਵੇਲਾ ਕੜੀ ਧਨ ਤਨ ਮੂਰਤ ਪਲਸਾਰ ਤਨ ਸੋ ਦਿਨ ਸ ਸੰਜੋਗੜਾ ਜਿਤ ਡਠਾ ਗੁਰ ਦਰਸਾਰ ਗੰਗਾ ਗੋਦਾਵਰੀ ਵਾਂਗ ਨਿਰਮਲ ਜਲ ਪੂਰਤ ਨਹਿਰ ਨਹਿਰ ਦੇ ਕਿਨਾਰੇ ਜਲ ਪੂਰਤ ਨਹਿਰ ਕਿਨਾਰੇ ਮਾਤ ਲੋਕ ਦੀ ਧਰਤੀ ਤੇ ਬੈਕੁੰਟ ਦੀ ਛਾਤੀ ਓਹੋ ਮਨ ਇਹ ਦਰਸ਼ਨ ਕਰਕੇ ਨੱਚ ਉਠਿਆ ਸ਼ਲੋਕ ਸਮੀਪ ਮੁਕਤੀ ਵਾਲੇ ਸਾਧੂਆਂ ਦਾ ਦਰਸ਼ਨ ਕਰ ਸ਼ਾਂਤੀ ਤੇਹਰਾਨ ਦੀ ਦੇ ਮਿਸਰਤ ਰੰਗ ਵਿੱਚ ਖੜਾ ਸੋਚ ਰਿਹਾ ਸੀ ਕਿ ਮੋ ਗਰੀਬ ਕੀ ਕੋ ਗੁਜਰਾਵੈ ਮੇਰੇ ਵਰਗੇ ਮੰਦ ਭਾਗੀਆਂ ਨੂੰ ਤਾਂ ਇਹੋ ਜਿਹਾ ਸਥਾਨ ਦਾ ਦਰਸ਼ਨ ਹੋਣਾ ਹੀ ਬੜਾ ਦੁਰਲੱਭ ਹੈ ਮੰਦ ਭਾਗੀ ਤੇਰ ਦਰਸ਼ਨ ਨਾਹੀਂ ਅਖੀਰ ਨੂੰ ਜੱਕੋ ਤੱਕੀ ਵਿੱਚ ਦਰਵਾਜੇ ਕੋਲ ਪੁੱਜਾ ਤਸੰਤ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਕਹਿੰਦੇ ਕੰਨਾਂ ਵਿੱਚ ਇਹ ਅੰਦਰੋਂ ਆਵਾਜ਼ ਗੂੰਜਣ ਲੱਗੀ ਕੀ ਕਹਿੰਦੇ ਲੱਗੇ ਕੋਈ ਅੱਗ ਦੇਖੀ ਚਾਰੋਂ ਹੀ ਤਰਫ ਜਦ ਚਾਣ ਚੱਕ ਪਿਆ ਨજર ਸ਼ਾਂਤ ਇੱਕ ਬਾੜਾ ਹੈ ਸੁੰਦਰਤਾ ਦੇਖ ਮਨ ਵਸ ਤੋਂ ਬਿਵਸ ਹੋਇਆ ਅੱਗੇ ਜਾ ਕੇ ਸੋਚਿਆ ਮੈਂ ਇੰਦਰ ਅਖਾੜਾ ਕਹਿ ਨਹਿਰ ਦਾ ਕਿਨਾਰਾ ਛੱਡ ਕੋਲ ਆਇਆ ਫਾਟਕਾਂ ਦੇ ਮਨ ਵਿੱਚ ਕਹੇਗਾ ਇਹ ਤਾਂ বিষ্ণੂ ਦਵਾਰਾ ਹੈ ਓਏ ਭੁੱਲੇ ਮਨ ਜਿਨੂੰ ਇੰਦਰ ਵਿਸ਼ਨ ਆਖੇ ਪ੍ਰithvi ਦੇ नाथ ਸਦਾ ਇਹ ਤਾਂ ਸਾਹਿਬ ਰਾੜਾ ਹੈ ਬਾਗ ਵਿੱਚ ਜਾ ਕੇ ਜਦੋਂ ਸ਼ੋਭਾ ਦੇਖੀ ਬੂਟਿਆਂ ਦੀ ਸ਼ਾਂਤ ਮਨ ਹੋ ਕੇ ਲੱਗਾ ਕਰਨ ਪਿਆਰਾ ਹੈ ਆਓ ਸੰਤ ਨਾਥ ਤੇ ਸੁਣਾਓ ਕੋਈ ਗਾਥ ਸ਼ੁਭ ਚਿੰਤਾ ਕਰੋ ਨਾਸ਼ ਐਸੇ ਬੂਟਿਆਂ ਪੁਕਾਰਾ ਗਏ ਹੋਏ ਕਿਸ ਕੁਚ ਮਨ ਖੜਾ ਗਏ ਹੈਰਾਨੀ ਵਿੱਚ ਮਨ ਵਿਕੇ ਕੇ ਕਹੇਗਾ ਇਹ ਬ੍ਰਹਮ ਦਾ ਦਵਾਰਾ ਹੈ ਸਾਖਿ ਹੈ ਵੀ ਈਸ਼ਰ ਸਿੰਘ ਵਿਸ਼ੇ ਸਿਆਲ ਮਿਰਦਿੰਗ ਆਪ ਸਿਆਲ ਮਿਰਗਿੰਦ ਆਪ ਜਹਾਂ ਅਗੀ ਤ੍ਰਿੰਗ ਰਚਤ ਉਹਨਾਂ ਰਾੜਾ ਹੈ ਸ਼ਾਮ ਦੇ 5 ਵਜੇ ਸਤਪੁਰਸ਼ਾਂ ਦੀ ਚਰਨ ਛੂ ਵਾਲੀ ਪਾਵਨ ਧਰਤੀ ਦੀ ਮਿੱਟੀ ਚੁੰਮੀ ਮਸਤਕ ਤੇ ਨੇਤਰ ਸੀਤਲ ਕੀਤੇ ਕੋਈ ਅਗੰਮੀ ਰਸ ਦੀ ਪ੍ਰਾਪਤੀ ਹੋਈ ਰਾਤ ਨੂੰ ਕਥਾ ਕੀਰਤਨ ਵਿੱਚ ਹਾਜ਼ਰੀ ਦਿੱਤੀ ਸਵੇਰੇ ਸ਼ਾਹਾਂ ਦੇ ਸਿਰਤਾਜ ਦਾ ਦਰਸ਼ਨ ਹੋਇਆ ਦੂਰੋਂ ਦੀ ਦੇਖ ਖੁਮਾਰੀ ਚੜ ਗਈ ਜਦੋਂ ਚਰਣਾ ਤੇ ਸੀਸ ਰੱਖਿਆ ਤਾਂ ਦੇਸ਼ ਕਾਲ ਸਭ ਭੁੱਲ ਗਿਆ ਹਜ਼ੂਰ ਨੇ ਪਿਆਰ ਨਾਲ ਸੁਖ ਆਨੰਦ ਪੁੱਛੀ ਅਤੇ ਆਖਿਆ ਕਿੱਥੋਂ ਆਏ ਆ ਭਾਈ ਅਰਜ ਗੁਜਾਰੀ ਦਾਤਾ ਤੂੰ ਸੁਖ ਦਾ ਸਾਗਰ ਹੈ ਤੇਰੀ ਇੱਕ ਬੂੰਦ ਕੇ ਪਿਆਸੇ ਹਮ ਅਤੇ ਨਾਲ ਕੀ ਬੇਨਤ ਕੀਤੀ ਕਾਮ ਭਰੀ, ਕ੍ਰੋਧ ਭਰੀ, ਲੋਭ ਭਰੀ, ਮੋਹ ਭਰੀ ਈਰਖਾ ਦੁਆਸ਼ ਭਰੀ ਦੇਖੀ ਮਮ ਸੰਤ ਜੀ ਰਾਗ ਭਰੀ, ਭੋਗ ਭਰੀ, ਸੋਗ ਭਰੀ, ਰੋਗ ਭਰੀ ਹਉਮੈ ਦੁਰਗੰਧ ਭਰੀ ਪਾਪੀ ਵੜ ਸੰਤ ਜੰਤ ਜੀ ਨਿੰਦਾਪਰੀ ਚਿੰਦਾਪਰੀ ਧੰਦਾਪਰੀ ਗੰਦਾਪਰੀ ਨਾਰੀ ਲਪਟੰਦਾ ਪਰੀ ਅਜਹੂਨਾ ਅੰਤ ਜੀ ਨੀਚ ਬਿਬਖਾਰ ਪਰੀ ਖੋਟ ਬੁਰਿਆਰ ਪਰੀ ਬ੍ਰਤੀਮੰਦਕਾਰ ਪਰੀ ਤਾਰੋ ਭਗਵੰਤ ਜੀ ਜਦ ਮੈਂ ਕਹਤਾ ਹੂੰ ਖੁਦਾ ਮੇਰੀ ਹਾਲਤ ਕੋ ਦੇਖ ਹੁਕਮ ਖੋਤਾ ਕੇ ਆਪਣਾ ਨਾਮ ਅਮਲ ਕੋ ਦੇਖ। ਦਾਤੇ ਨੇ ਧੀਰਜ ਬਖਸ਼ਿਆ ਕਿਉਂਕਿ ਸਮ ਦ੍ਰਿਸ਼ਟੀ ਵਾਲੇ ਕਿਸੇ ਦੇ ਔਗਣਾ ਵਾਲੀ ਦੇਖਿਆ ਕਰਦੇ। ਹਰ ਇੱਕ ਦੇ ਨਾਲ ਅੰਤਾਂ ਦਾ ਪਿਆਰ ਕਰਿਆ ਕਰਦੇ ਐ। ਨਾ ਆਪ ਨਾ ਆਪਣੇ ਸੇ ਮੁਹੱਬਤ ਹੈ। ਨਾ ਨਫ਼ਰਤ ਗੈਰੋਂ ਸੇ ਮੁਜ ਕੋ ਸਭ ਹੋਂ ਕੋ ਜਾਤ ਹੱਕ ਦੇਖੋ ਇਹ ਕੀ ਮੇਰਾ ਨਜ਼ਾਰਾ ਹੈ ਦੂਸਰੇ ਦਿਨ ਨਾਮ ਦੀ ਜਾਂਚ ਨਾ ਕੀਤੀ ਅਮਰਤ ਛਕਾ ਕੇ ਨਾਮ ਜਾਪ ਦੀ ਜੁਗਤੀ ਦੱਸ ਦਿੱਤੀ ਆਹ ਉਪਦੇਸ਼ ਬਖਸ਼ ਦਿੱਤਾ ਗੁਰਸਿੱਖੀ ਸਭ ਤੋਂ ਅਮੋਲਕ ਪਦਾਰਥ ਹੈ ਹਰ ਸਮੇਂ ਸਿੱਖ ਗੁਰੂ ਦੀ ਰਹਿਮਤ ਦਾ ਪਾਤਰ ਬਣੇ ਸਿੱਖ ਵਾਸਤੇ ਗੁਰੂ ਸ਼ਰਣ ਹੀ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੀ ਹੈ ਜੋ ਇੱਥੇ ਗਈਆਂ ਗੁਜਰੀਆਂ ਜ਼ਿੰਦਗੀਆਂ ਨੂੰ ਮਾਣ ਸਤਕਾਰ ਤੇ ਇੱਜ਼ਤ ਦਵਾਉਂਦੀ ਹੈ ਗੁਰੂ ਦੇ ਮਿਲਾਪ ਬਾਰੇ ਮਹਿਮਾ ਕਰਦੇ ਹੈ ਇਹ ਪਰਮ ਪਾਰਸ ਗੁਰੂ ਚੋਹਾ ਹਨ ਜੋ ਲੋਕ ਦੇ ਮਨੂਰ ਨੂੰ ਲੋਕ ਦੇ ਮਨੂਰ ਤੋਂ ਬਾਰਾ ਬੰਨੀ ਦਾ ਸੋਨਾ ਕਰਦਿਆਂ ਕਰਦੇ ਹਨ ਪਿਆ ਮਨੋਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨੇ ਕਾ ਇਹ ਪ੍ਰਿੰਗੀਆਂ ਦੀਆਂ ਤੁਨਾ ਹਨ ਜੋ ਰੁੜਦੇ ਫਿਰਦੇ ਕੀੜਿਆਂ ਨੂੰ ਖੰਬ ਦੇ ਕੇ ਘੁਮਾ ਪੰਛੀ ਦੇ ਰਾਜ ਬਖਸ਼ਣ ਵਾਲੀ ਗੱਦੀ ਤੇ ਬਿਠਾ ਦਿਆ ਕਰਦੀਆਂ ਹਨ ਇਹ ਗਾਰਡੂ ਮੰਤਰ ਹਨ ਜੋ ਜ਼ਹਿਰੀਲੇ ਤੇ ਇੱਕ ਇੱਕ ਕੁੱਲਾਂ ਤੱਕ ਨਾਸ਼ ਕਰਨ ਵਾਲੇ ਵਾਲੇ ਸੱਪਾਂ ਦੇ ਦੰਦ ਕੱਢ ਦਿਆ ਕਰਦੀਆਂ ਹਨ ਇਹ ਚੰਦਨਵਾੜੀ ਹੈ ਜੋ ਅਰਿੰਡਾਂ ਤੇ ਅੱਕਾ ਨੂੰ ਵੀ ਬਾਵਨ ਚੰਦਨ ਬਣਾ ਦਿਆ ਕਰਦੀਆਂ ਹਨ ਕਬੀਰ ਚੰਦਨ ਕਾ ਬਿਰਵਾ ਭਲਾ ਢੇੜੇ ਉਹ ਢਾਕ ਪਲਾਸ ਓਏ ਪੀ ਚੰਦਨ ਹੋਏ ਰਹਿ ਕੇ ਬਸੇ ਜੋ ਚੰਦਨ ਪਾਸ ਸੁਸਾਦ ਸੰਗਤ ਸਤਗੁਰ ਪਾਰਸ ਪਰਸਕੈ ਕੰਚਨ ਕਰੈ ਮਨੂਰ ਮਲੀਣਾ ਪਾਈ ਗੁਰਦਾਸ ਸਾਹਿਬ ਜੀ ਲਿਖਦੇ ਐ ਬਾਰ 26ਵੀਂ ਪੌੜੀ 20ਵੀਂ ਸਤਗੁਰ ਪਾਰਸ ਪਰਸਕੈ ਕੰਚਨ ਕਰੈ ਮਨੂਰ ਮਲੀਣਾ ਸਤਗੁਰ ਬਾਵਨ ਚੰਦਨੋ ਵਾਸ ਸ્વાસ ਕਰੈ ਲਖੀਣਾ ਸਤਗੁਰ ਪੂਰਾ ਪਾਰ ਜਾਤ ਸਿੰਮਲ ਸਫਲ ਕਰੈ ਸੰਗ ਲੀਣਾ ਮਨ ਸਰੋਵਰ ਸਤਿਗੁਰੂ ਕਾਗੋਂ ਹੰਸ ਜਲਉਦਖੀਣਾ ਗੁਰ ਤੀਰਥ ਦਰਿਆ ਉਹ ਹੈ ਪਸ਼ੂ ਪ੍ਰੇਤ ਕਰੇ ਪਰਬੀਣਾ ਸਤਿਗੁਰ ਬੰਦੀ ਛੋੜ ਖੈ ਜੀਵਨ ਮੁਕਤ ਕਰੇ ਓ ਡੀਣਾ ਗੁਰਮਕ ਮਨ ਅਪਤੀਜ ਪਤੀਣਾ ਅਤੇ ਜਗਿਆਸੂ ਦੁੱਖ ਸੁਖ ਵਿੱਚ ਸਹਿਜ ਰਖੇ ਕਿਉਂਕਿ ਖਿਮਾ ਹੀ ਸਾਧੂ ਦਾ ਪੂਸ਼ਨ ਹੋਇਆ ਕਰਦਾ ਹੈ ਖੋਦ ਖਾਦ ਤਰਤੀ ਸਖੈ ਕਾਟਕੂਟ ਬਨਰਾਏ ਕੁਟਲ ਬਚਨ ਸਾਧੂ ਸਹੈ ਔਰ ਪੈਸਾ ਹੈ ਨਾ ਜਾਏ ਦਿਲ ਦੇ ਜਕਮੋਂ ਤੂੰ ਜੋ ਨਿਕਲੇ ਉਸ ਤੋਂ ਡਰਦੇ ਰਹਿਣਾ ਕਾਓ ਅੰਦਰ ਦਾ ਚੁਪੇ ਨਾ ਪਾਈ ਜਦ ਕਦ ਪ੍ਰਗਟ ਪੈਣਾ ਵਾ ਲੱਗੇ ਜਿੱਥੋਂ ਤੱਕ ਤੇਰੀ ਦਿਲ ਨਾ ਟਾਈ ਕੋਈ ਕਈ ਵਾਰ ਐ ਦੁਨੀਆ ਮੜਮੜ ਉੱਜੜ ਵਸਨੀ ਹੋਈ ਸੀਤਲ ਸ਼ਬਦ ਉਚਾਰੀਏ ਅਹੰ ਆਨਿਏ ਨਾਹੀਂ ਤੇਰਾ ਪ੍ਰੀਤਮ ਤੁਜ ਪਹਿਗੈ ਦੁਸ਼ਮਨ ਦੁਸ਼ਮਨ ਪੀਤ ਜੁਮਾ ਕੇ ਕੁਬਧ ਕਾਮਨੀ ਕੁੱਧ ਕਮਾਣੀ ਚੜ ਰਹਿ ਕੀ ਉਟਲ ਬਚਨ ਕਾ ਤੀਰ ਪਰ ਪਰ ਮਾਰੇ ਜਬਾਂ ਸੇ ਸਾੜੇ ਸਕਲ ਸਰੀਰ ਹਰ ਸਮੇਂ ਸੰਗਤ ਦੇ ਕਿਲੇ ਦੇ ਵਿੱਚ ਨਿਵਾਸ ਰੱਖਣਾ ਕਿਉਂਕਿ ਗੁਰਮਖ ਦੀ ਸੰਗਤ ਸਭ ਨੂੰ ਹੀ ਲਾਭ ਪਹੁੰਚਾਉਂਦੀ ਮਨਮੁਖ ਦੀ ਸੰਗਤ ਅਖਾਨੀ ਕਰਕ ਹੋਇਆ ਕਰਦੀ ਗੈ ਤੁਲਸੀਦਾਸ ਜੀ ਰਮਾਇਣ ਦੇ ਵਿੱਚ ਲਿਖਦੇ ਐ ਹਨ ਕੁ ਸੰਗ ਸੁਸੰਗਤ ਲਾਗ ਲੋਕਕ ਵੇਦ ਵਿਵਦ ਸਭ ਕਾਹੂ ਗगन ਚੜੇ ਰਜ ਪਵਨ प्रसंगा ਕੀਚਕ ਮਿਲੈ ਨੀਚ ਜਲ ਸੰਗਾ ਸਾਧ ਅਸਾਧ ਸਦਨ ਸੁਖਸਾਰੀ ਸਿਮਰੈ ਨਾਮ ਦੇ ਅਨੁਸਾਰੀ ਧੂਮਕ ਸੰਗ ਕਾਰਕ ਹੈ ਜੋਈ ਲੇਖਨ ਪੁਰਾਨ ਮੰਜਮਸ ਹੋਈ ਇਓ ਹੋਰ ਵੀ ਬਹੁਤ ਸਾਰੇ ਪਵਿੱਤਰ ਬਚਨਾਂ ਦੁਆਰਾ ਉਪਦੇਸ਼ ਕਰਕੇ ਅਸਥਾਨ ਦੀ ਸੇਵਾ ਬਖਸ਼ ਦਿੱਤੀ ਅਤੇ ਬਚਨ ਵੀ ਕਰ ਦਿੱਤਾ ਜਿਵੇਂ ਦੋ ਹੇਟਾਂ ਦੇ ਪਾਣੀ ਦੇ ਨਾਲ ਬਹੁਤੀ ਜ਼ਮੀਨ ਸੰਜਿੰਦੀ ਹੈ ਇਸੇ ਤਰ੍ਹਾਂ ਸੇਵਾ ਤੇ ਭਜਨ ਦੋਨਾਂ ਦੇ ਨਾਲ ਛੇਤੀ ਹਿਰਦਾ ਸਾਪ ਸੁੱਧ ਤੇ ਪਵਿੱਤਰ ਹੋ ਜਾਇਆ ਕਰਦਾ ਹੈ। ਸ਼ੁੱਧ ਮਨ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ। ਸੇਵਾ ਤੇ ਸਿਮਰਨ ਇੱਕੋ ਹੀ ਮਾਲਾ ਦੇ ਦੋ ਮਣਕੇ ਹੈ। ਗੁਰੂ ਘਰ ਵਿੱਚ ਸਾਰੇ ਜਪਾ ਤਪਾ ਨਾਲੋਂ ਸੇਵਾ ਦੀ ਮਹੱਤਤਾ ਜ਼ਿਆਦਾ ਹੈ। ਇਓਂ ਦਾਤੇ ਦੀ ਕਿਰਪਾ ਨਾਲ ਲਗਾਤਾਰ 6 ਸਾਲ ਗੁਰੂ ਚਰਨਾਂ 'ਚ ਠਹਿਰ ਕੇ ਸੇਵਾ ਤੇ ਸਿਮਰਨ ਦਾ ਆਨੰਦ ਮਾਣਨਾ ਕੀਤਾ ਮੈਂ ਤਾਂ ਐਸਾ ਥਾ ਨਹੀਂ ਪਰ ਤੂੰ ਨੇ ਐ ਪਰਵ ਦਿਗਾਰ ਤੇਰੀ ਕੁਦਰਤ ਕਾ ਬੜੀ ਅਦਨਾ ਸੇ ਅਲਾ ਕਰਦੀਆ ਜ਼ਰਰ ਕੋ ਜ਼ਰਰਾ ਕਰਦੀਆ ਜੋ ਮੁਝੇ ਦਰਕਾਰ ਥਾ ਸਾਮਾਨ ਮੁਹਈਆ ਕਰ ਦਿਆ 1947 ਦਾ ਕੱਲੂ ਕਹਰਾ ਦੇਸ਼ ਦੀ ਬੰਦ ਲੋਕਾਂ ਦੀ ਕਟਵੱਡੀ ਗਰੀਬ ਮਜ਼ਲੂਮਾਂ ਦੀ ਚੀਕ ਪੁਕਾਰ ਸੁਣ ਕੇ ਦਿਲ ਦਹਿਲਦਾ ਸੀ ਪਰ ਇੱਕੋ ਇੱਕ ਸ਼ਾਂਤੀ ਦਾ ਸੋਮਾ ਕਰਮ ਸਰ ਦੀ ਪਾਵਨ ਪਵਿੱਤਰ ਧਰਤੀ ਸੀ ਜਿੱਥੇ ਇਸ ਵਾਰ ਇਸ ਵਰ ਰਹੀ ਅੱਗ ਦੀਆਂ ਲਾਟਾਂ ਦਾ ਸੇਕ ਤੱਕ ਨਹੀਂ ਸੀ ਪਹੁੰਚਦਾ ਤਾਤੀ ਬਾਹਵ ਨਾ ਲੱਗਈ ਪਾਰ ਬ੍ਰह्म ਸ਼ਰਨਾਈ ਉਪਰੰਤ ਮਨ ਨੂੰ ਪੂਰਬਲੇ ਜਨਮ ਦੇ ਸੰਸਕਾਰਾਂ ਦੀ ਪ੍ਰੇਰਣਾ ਹੋਈ ਬ੍ਰह्म ਵਿੱਦਿਆ ਦੇ ਦਾਤੇ ਦੇ ਪਾਸ ਗੁਰਮਤਿ ਦੀ ਵਿੱਦਿਆ ਪੜਨ ਵਾਸਤੇ ਬਿਨੈ ਕੀਤੀ ਜਿਸ ਨੂੰ ਰੋਹਾਨੀ ਰਹਿ ਵਰਨੇ ਸਾਰੀ ਵਾਰਤਾ ਦਾ ਅਨੁਭਵ ਕਰਕੇ ਪ੍ਰਸੰਨ ਚਿੱਤ ਪ੍ਰਵਾਨ ਕਰ ਲਿਆ ਅਤੇ ਨਾਲ ਕੁਝ ਨਿਜਮ ਵੀ ਦਸੇ ਕਿ ਬਾਗਰ ਜਾ ਕੇ ਸੰਗਤ ਤੇ ਪੂਰਨ ਸ਼ਰਧਾ ਰੱਖਣੀ ਰਹਿਤ ਵਿੱਚ ਪੱਕੇ ਰਹਿਣਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਬਾਣੀ ਤੇ ਨਿਤ ਨਿਯਮ ਨੂੰ ਨਹੀਂ ਖੁੰਝਾਉਣਾ ਕਿ ਸੇ ਤਤ ਮਤੰਤਰ ਜਾਂ ਮਨ ਮਤਮਤੰਤਰ ਤੇ ਤਰਕ ਨਹੀਂ ਕਰਨੀ ਵਤੰਡਾਵਾਦ ਤੋਂ ਬਚਣਾ ਪੜਨ ਸਮੇ ਪੂਰੀ ਮਿਹਨਤ ਕਰਨੀ ਵਿਦਿਆਦਾਤੇ ਦੀ ਸੇਵਾ ਕਰਨੀ ਇਹ ਤਾਦਕ ਇਹੋ ਕਈ ਸਾਲਾਂ ਵਿੱਚ ਕਈ ਥਾਵਾਂ ਤੇ ਵਿਚਰ ਕੇ ਮਾਨ ਸਰੋਵਰ ਦੀ ਝੀਲ ਤੋਂ ਤਤ ਮਿਥਿਆ ਦੇ বিবেচন ਕਰਨ ਵਾਲੇ ਰਾਜ ਹੰਸ ਸੰਤਾਂ ਤੋਂ ਇਹ ਗੁਰਮਤ ਵਿਚਾਰ ਦੇ ਹੀਰੇ ਜਵਾਹਰਾਤ ਤੇ ਅਮੋਲਕ ਲਾਲਾਂ ਦੀ ਭਿੱਖਿਆ ਪ੍ਰਾਪਤ ਕੀਤੀ ਜਿਸ ਨੂੰ پا ਕੇ ਮਨ ਵਿੱਚ ਸੁਖਮ ਪੈ ਸੰਕਲਪ ਨੂੰ ਤਿਬਰ ਰੂਪ ਧਾਰਨ ਕਰ ਲਿਆ ਕਿ ਸਤਪੁਰਸ਼ਾਂ ਦਾ ਜਸ ਲਿਖ ਕੇ ਇਸ ਅਖਰੀ ਗਿਆਨ ਨੂੰ ਸਫਲਾ ਕਰਾਂ ਪਰ ਇਤਨੇ ਵੱਡੇ ਕੰਮ ਨੂੰ ਹੱਥ ਪਾਉਣ ਦਾ ਹੌਂਸਲਾ ਨਹੀਂ ਸੀ ਹੋਰੇਗਾ ਜਦੋਂ ਕੋਈ ਸਨੇਹੀ ਸੱਜਣ ਗੁਰਮੁਖ ਪਿਆਰਿਆਂ ਵੱਲੋਂ ਪ੍ਰੇਰਣਾ ਪ੍ਰਾਪਤ ਹੋਈ ਜਿਨ੍ਹਾਂ ਵਿੱਚ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਜੀ ਕੈਡ ਗ੍ਰੰਤੀ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਇਹਨਾਂ ਦਾ ਨਾਮ ਵਰਣਨ ਯੋਗ ਹੈ ਤੱਕ ਕੰਬ ਦੇ ਮਨ ਨਾਲ ਦਾਤੇ ਦੇ ਚਰਨਾਂ ਦੇ ਵਿੱਚ ਦਿਲ ਦੀ ਸੱਦਰ ਪ੍ਰਗਟ ਕਰ ਦਿੱਤੀ ਸੱਚੀ ਸਰਕਾਰ ਨੇ ਰਹਿਮ ਦੀ ਅਪੀਲ ਮਨਜ਼ੂਰ ਕਰਕੇ ਚਰਨਾਂ ਦੇ ਵਿੱਚ ਬੇਨਤੀ ਮਨਜ਼ੂਰ ਕਰਕੇ ਹੁਕਮ ਕੀਤਾ ਕਿ ਪਹਿਲਾਂ ਵੱਡੇ ਸਾਹਿਬਾਂ ਦਾ ਜੀਵਨ ਲਿਖੋ ਬਸ ਫਿਰ ਕੀ ਸੀ ਬੇਜਵਾਨ ਕੰਨੀ ਨੂੰ ਹਜ਼ੂਰ ਦਾ ਹੁਕਮ ਹੋ ਗਿਆ ਮਾਲਕ ਦੀ ਰਜ਼ਾ ਦੇ ਵਿੱਚ ਸਿਰ ਸੁੱਟ ਕੇ ਚਿੱਟੇ ਕਾਗਜ਼ ਦੇ ਪਰਉਪਕਾਰ ਨੂੰ ਜਾਣ ਕੇ ਕਾਲੇ ਅੱਖਰ ਲਿਖਣੇ ਆਰੰਭ ਕਰ ਦਿੱਤੇ ਫਟ ਛਾਤੀ ਦੋ ਟਕ ਭਈ ਰੁਦਨ ਕਰਤ ਲਿਖ ਜਾਤ ਪ੍ਰਸਾਵਰ ਪਰਉਪਕਾਰ ਬਿਨ ਮੋਹੇ ਨ ਉਪਜਿਤ ਸ਼ਾਂਤ ਜਿਸ ਕਰਕੇ ਬਾਬਾ ਕਰਮ ਸਿੰਘ ਜੀ ਕੋਤੀ ਮਰਦਾਨ ਵਾਲਿਆਂ ਦਾ ਜੀਵਨ ਪਛਮੀ ਪ੍ਰਕਾਸ਼ ਤੰਤਨ ਬਾਬਾ ਅਤਰ ਸਿੰਘ ਜੀ ਮਾਰਾ ਰੇਰੂ ਸਹਿਬ ਵਾਲਿਆਂ ਦਾ ਜੀਵਨ ਜੀਵਨ ਗਾਥਾ 체ਤੀ ਹੀ ਛਾਪੇ ਦਾ ਜਾਮਾ ਪਹਿਨ ਕੇ ਸੰਗਤਾਂ ਦੇ ਸਾਹਮਣੇ ਆ ਗਏ ਜਿਨ੍ਹਾਂ ਨੂੰ ਪੜ ਸੁਣ ਕੇ ਮੈਨੂੰ ਭਾਗ ਸੰਤ ਗਿਆਨੀ ਮੋਹਨ ਸਿੰਘ ਜੀ ਨੂੰ ਆਸ਼ਾ ਤੋਂ ਵੀ ਵੱਧ ਪ੍ਰੇਮੀਆਂ ਵੱਲੋਂ ਪ੍ਰਸੰਨਤਾ ਪ੍ਰਾਪਤ ਪ੍ਰਸੰਸਾ ਪ੍ਰਾਪਤ ਹੋਈ ਹੁਣ ਇਸੇ ਹੀ ਕਲਮ ਨੂੰ ਰੂਖਾਨੀ ਸੰਦੇਸ਼ ਪੁਸਤਕ ਲਿਖਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਅੱਜ ਸੰਤ ਗਿਆਨੀ ਮੋਹਨ ਸਿੰਘ ਜੀ ਦੀਆਂ ਆਸਾ ਦੇ ਬੂਟੇ ਨੂੰ ਫਲ ਲੱਗਾ ਜਾਣ ਕੇ ਮਨਪੂਰਣ ਪ੍ਰਸੰਨਤਾ ਦੇ ਖੇੜੇ ਦੇ ਵਿੱਚ ਹੈ ਇਸ ਵਿੱਚ ਤਰੁੱਟੀਆਂ ਰਹਿਣੀਆਂ ਸੰਭਵ ਹਨ ਕਿਉਂਕਿ ਮਹਾਂਪੁਰਖਾਂ ਦਾ ਜੀਵਨ ਲਿਖਣਾ ਬਹੁਤ ਮੁਹਾਲ ਹੋਇਆ ਕਰਦਾ ਹੈ ਜਿਨ੍ਹਾਂ ਦੀ ਮਹਿਮਾ ਨੂੰ ਵੇਦ ਨਹੀਂ ਜਾਣ ਸਕਦੇ ਵਿਚਾਰਾ ਇਹ ਜੀਵ ਕੀ ਲਿਖ ਸਕਦਾ ਹੈ ਸੋਏ ਸੰਬੇ ਨਹਿ ਕਹਿ ਸਕੋ ਲਛਣ ਸੰਤ ਮਹੰਤ ਪਰ ਸੰਬੇਦ 파ਖੋ ਕਛ ਸੰਗ ਪ੍ਰਤਾਪਕਰੰਤ ਆਪਣੇ ਸਮੇ ਤੇ ਸਵਾਸਾ ਨੂੰ ਸਫਲੇ ਕਰਨ ਖਿਤ ਅਤੇ ਜਗਿਆਸੂ ਜਨਾਂ ਦੇ ਲਾਭ ਵਾਸਤੇ ਸੰਤ ਜੀ ਮਹਾਰਾਜ ਤੇ ਉਹਨਾਂ ਦੇ ਪ੍ਰੇਮੀ ਸੱਜਣਾ ਨੂੰ ਇਹ ਤੁਛ ਭੇਟਾ ਅਰਪਣ ਕਰਦੇ ਹੋਇਆਂ ਸਭਨਾ ਤੋਂ ਹੋਈਆਂ ਭੁੱਲਾਂ ਦੀ ਖੇਮਾਂ ਦੀ ਜਾਂਚਨਾ ਗੁਰਸਿੱਖੀ ਦੀ ਜਾਂਚਨਾ ਕਰਦੇ ਹਨ ਜਿਨ੍ਹਾਂ ਦੀ ਮਦਦ ਅਤੇ ਸਹਾਇਤਾ ਦੇ ਨਾਲ ਇਹ ਕਾਰਜ ਇਹ ਮਹਾਨ ਕਾਰਜ ਸਿਰੇ ਚੜਿਆ ਉਹਨਾਂ ਸਾਰੇ ਗੁਰੂ ਪਿਆਰਿਆਂ ਦੇ ਸੰਤ ਗਿਆਨੀ ਮੋਹਨ ਸਿੰਘ ਜੀ కృਤਿਗਤਾ ਸਹਿਤ ਰਣੀ ਹਨ ਈਸ਼ਰੰਤਰ ਜਾਮੀ ਅਨੰਤ ਬ੍ਰਹਿਮੰਡ ਨਾਇਕ ਅਕਾਲਪੁਰਖ ਦਾ ਧੰਨਵਾਦ ਹੈ ਜਿਸ ਨੇ ਆਪਣੀ ਪਰਮ ਬਖਸ਼ਿਸ਼ ਕਰਕੇ ਸਰਬਉਤਮ 84 ਲੱਖ ਜੂਨਾ ਦਾ ਸਿਰਤਾਜ ਮਨੁੱਖਾ ਜਨਮ ਬਖਸ਼ਿਆ ਹੈ ਤਨ ਹੈ ਕਲਯੁਗ ਦਾ ਸਮਾ ਜਿਸ ਵਿੱਚ ਥੋੜੀ ਜੀ ਕਾਲਣਾ ਕਾਲ ਵਿਸ਼ੇਸ਼ ਫਲ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਇੱਕ ਚਿੱਤ ਜੇ ਏਕ ਚਿੰਤਿ ਆਇਓ ਕਾਲ ਫਾਸ ਕੇ ਵਿਚ ਨਾ ਆਇਓ ਤਨਸੋ ਮਾਨਸ ਦੇ ਕੀ ਪਾਈ ਜਿਤ ਪ੍ਰਭ ਆਪਣੇ ਮੇਲ ਲਿਓ ਤਨਸੋ ਕਲਯੁਗ ਸਾਧ ਸੰਕੀਰਤਨ ਗਾਈਐ ਨਾਨਕ ਨਾਮ ਅਧਾਰਹੀਓ ਉਪਰੰਤ ਗੁਰੂ ਨਾਨਕ ਦੇਵ ਜੀ ਦੇ ਪਰਮ ਪਵਿੱਤਰ ਗੁਰਸਿੱਖੀ ਦੀ ਦਾਤ ਪ੍ਰਾਪਤ ਹੋ ਕੇ ਪੂਰਨ ਮਹਾਪੁਰਸ਼ਾਂ ਦਾ ਮਿਲਾਪ ਅਤੇ ਬ੍ਰਹਮ ਵਿਦਿਆ ਦੇ ਵਿਚਾਰ ਪ੍ਰਾਪਤ ਹੋਈ ਧੰਵਾਦ ਹੈ ਉਹਨਾਂ ਨਾਮ ਰਸੀਏ ਵਿਦਿਆਦਾਤੇ ਸਮੂਹ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਗਰੀਬ ਨਿਵਾਜ ਬਿਰਧ ਦੀ ਸੰਭਾਲ ਕਰਦਿਆਂ ਪਰਮ ਕਿਰਪਾਲਤਾ ਕਰਕੇ ਅਖਰੀ ਗਿਆਨ ਦੁਆਰਾ ਗੁਰਮਤਿ ਦੀ ਖੋਜ tatha ਬ੍ਰह्म ਵਿਦਿਆ ਦੀ ਵਿਚਾਰ ਬਖਸ਼ਿਸ਼ ਕੀਤੀ ਸੰਤ ਮਿਮ ਸ਼੍ਰੀਮਾਨ ਸੰਤ ਗਿਆਨੀ ਵਿਰਿਆਮ ਸਿੰਘ ਜੀ ਪਿੰਡ ਧੂਰਕੋਟ ਸੰਗਰੂਰ ਵਾਲੇ ਮਹਾਪੁਰਸ਼ ਜਨਕੀ ਮਹਿਮਾ ਕੇਤਕ ਵਰਣਾ ਜੋ ਪ੍ਰਭ ਆਪਣੇ ਭਾਣੇ ਕੋਖੋ ਨਾਨਕ ਜਿਨ ਸਤਗੁਰੂ ਭੇਟਿਆ ਸੇ ਸਭ ਤੇ ਭਏ ਨਿਕਾਣੇ ਪਾਵ ਸਾਰੀਆਂ ਵਡਿਆਈਆਂ ਵਾਹਿਗੁਰੂ ਦੇ ਨਾਮ ਦੇ ਵਿੱਚ ਹਨ ਜੇਕਰ ਗੁਰਮਕ ਹੋ ਕੇ ਅਰਥਾਤ ਗੁਰਮਤ ਦੀ ਧਾਰਣੀ ਗੁਰਮਤ ਦੀ ਧਾਰਨਾ ਵਾਲੇ ਬਣ ਕੇ ਨਾਮ ਵਿੱਚ ਚਿਤ ਲਾ ਕੇ ਉਸ ਨੂੰ ਯਾਦ ਕਰੀਏ ਤਾਂ ਜਿਹੜੀ ਵਸਤੂ ਵੀ ਅਸੀਂ ਮੰਗੀਏ ਉਹ ਪ੍ਰਾਪਤ ਹੋ ਜਾਇਆ ਕਰਦੀ ਹੈ ਸਭ ਵਡਿਆਈਆਂ ਕਰ ਨਾਮ ਵਿੱਚ ਕਰ ਗੁਰਮੁਖ ਧਿਆਈਐ ਜੇ ਵਸਤ ਮੰਗੀਏ ਸਾਈ ਪਾਈਏ ਜੇ ਨਾਮ ਚਿਤ ਲਾਈਐ ਮਨ ਦੀਆਂ ਸਮੂਹ ਇੱਛਾ ਪੂਰਨ ਪੂਰਨ ਵਾਲੇ ਐਸੇ ਪਰਮੇਸ਼ਰ ਦੇ ਨਾਮ ਨੂੰ ਜੋ ਸੰਤ ਜਨ ਸਾਰੇ ਵਿਗਨਾ ਤੋਂ ਰਹਿਤ ਹੋ ਕੇ ਸਿਮਰਦੇ ਹੈ ਉਹ ਆਪ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹੈ ਔਰ ਹੋਰ ਨਾ ਲੱਖਾਂ ਜੀਵਾਂ ਨੂੰ ਤਾਰ ਕੇ ਲੈ ਜਾਇਆ ਕਰਦੇ ਹਨ ਸਨਾਤਨ ਗ੍ਰੰਥਾਂ ਦੇ ਵਿੱਚ ਇਹ ਵਿਗਨ ਲਿਖੇ ਹਨ ਸੰਤ ਕੀ ਨਿੰਦਾ ਖੈ ਜੋਈ ਪ੍ਰਥਮ ਹੈ ਵਿਗਨ ਪਛਾਨੋ ਸੋਈ ਸਭ ਤੋਂ ਪਹਿਲਾ ਵਿਗਨ ਜ਼ਿੰਦਗੀ ਦਾ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਹੈ नाम महात्म नास्तक पास कहना दूसर विघ्न प्रकाश शास्त्र में शरदा कोई नाही तीसर विघ्न पछनो ताकी सुरती वचन में नहीं विश्वास भी विघ्न चतुरथ कीन प्रताप गुरुवाक में श्रद्धा कीन पंचम विघ्न यही तुम चीन विष्णु शिव में भेद न्यारे विघ्न कष्टमो जय निर्धारी नाम बिके रोचक परम जोई सप्तम विघ्न पछानो सोई नाम ओट अशुभ आचरण आष्टम विघ्न किरदे में ठरणा नाम ओट करे शुभ त्यागा नवम विघ्न यकी बड़ भागा ਔਰ ਧਰਮ ਨਾਮ ਸਮਝਾਣੇ ਦਸਮੋ ਬਿਗਨ ਯਹੀ ਪਛਾਨੇ ਭਾਵ ਹੋਰ ਧਰਮਾਂ ਨੂੰ ਨਾਮ ਦੇ ਸਮਾਨ ਜਾਣ ਲੈਣਾ ਵੀ ਬਿਗਨ ਹੈ ਕਿਉਂਕਿ ਨਾਮ ਦੀ ਵਡਿਆਈ ਸਭ ਤੋਂ ਵੱਡੀ ਅਤੇ ਸ੍ਰੇਸ਼ਟ ਹੈ ਕਲਮੇ ਏਕ ਨਾਮ ਕਿਰਪਾ ਨਿਦ ਜਾ ਕੇ ਜਪੈ ਗਤ ਪਾਵੈ ਔਰ ਧਰਮ ਤਾਕ ਸਮਨਾ ਗਿਨ ਇਹ ਵੀ ਵੇਦ ਬਤਾਵੇ ਸਕਲ ਵਿਗਨ ਬਿਨ ਨਾਮ ਤੇ ਆਏ ਜਥਾਵਤ ਪਲ ਸੋਏ ਨਰ ਪਾਏ ਇੱਕ ਜਗ੍ਹਾ ਮਨ ਬਾਣੀ ਸਰੀਰ ਇਹਨਾਂ ਤਿੰਨਾਂ ਦੇ 10 ਦੋਸ਼ ਵੀ ਲਿਖਣਾ ਕੀਤੇ ਕਿ ਮਨ ਦੇ 4 ਦੋਸ਼ ਕਰਨ ਪ੍ਰਾਏ ਦਾ ਬੁਰਾ ਚਿਤ ਵਿਣਾ ਦੂਜੇ ਦੀ ਵਰਤੀ ਨੂੰ ਦੇਖ ਕੇ ਸੜਨਾ ਪਾਪ ਕਰਕੇ ਛੁਪਾ ਕੇ ਰੱਖਣਾ ਵਿਕਾਰਾਂ ਦੀ ਇੱਛਾ अथवा ਪਦਾਰਥਾਂ ਦੀ ਤ੍ਰਿਸ਼ਨਾ ਹੋਣੀ ਬਾਣੀ ਦੇ ਤਿੰਨ ਦੋਸ਼ ਮੰਨੇ ਹਨ ਜੋ ਬਾਣੀ ਅਸੀਂ ਬੋਲਦੇ ਆ ਨਾ ਮੁੱਖ ਤੋਂ ਬੋਲੀ ਝੂਠ ਬੋਲਣਾ ਸਭ ਤੋਂ ਵੱਡਾ ਦੋਸ਼ ਹੈ ਪ੍ਰਾਏ ਦੀ ਨਿੰਦਿਆ ਕਰਨੀ ਕਿਸੇ ਨੂੰ ਕੌੜਾ ਬੋਲਣਾ ਸਰੀਰ ਦੇ ਤਿੰਨ ਦੋਸ਼ ਹਨ ਚੋਰੀ ਕਰਨੀ ਜੀਵਨ ਨੂੰ ਮਾਰਨਾ ਪਵ ਜੀਵ ਹਿੰਸਾ ਪ੍ਰਾਈ istri ਨਾਲ ਵਿਵਚਾਰ ਕਰਨਾ ਇਹਨਾਂ ਦਸ਼ਾਂ ਦੋਸ਼ਾਂ ਤੋਂ ਰਹਿਤ ਹੋ ਕੇ ਨਾਮ ਜਪਿਆ ਜਾਵੇ ਤਾਂ ਹੀ ਸਫਲਾ ਹੈ ਪਿਆਰਿਓ ਸੋ ਇਹਨਾਂ ਸਾਰੇ ਬਿਗਨਾਂ ਤੋਂ ਰਹਿਤ ਹੋ ਕੇ ਨਾਮ ਦੇ ਜਪਣ ਵਾਲੇ ਗੁਰਮੁਖ ਜਨ ਪੂਰਨ ਤੇਜ ਪ੍ਰਤਾਪੀ ਹੋਇਆ ਕਰਦੇ ਆ ਹਰ ਜਨ ਸੋਭਾ ਸਭ ਜਗ ਉਪਰ ਜਿਵੇਂ ਵਿੱਚ ਉਡਵਾ ਸਸਕੀਕ ਜਿਵੇਂ ਉਡਵਾ ਤਾਰਿਆਂ ਵਿੱਚ ਚੰ드ਰਮਾ ਪ੍ਰਕਾਸ਼ ਵਾਲਾ ਹੁੰਦਾ ਹੈ ਤੈਸੇ ਕੀ ਖਰੀ ਦੇ ਜਨਾਂ ਦੀ ਸੋਭਾ ਸਾਰੇ ਜਗਤ ਦੇ ਵਿੱਚ ਪ੍ਰਕਾਸ਼ ਦੀ ਹੈ ਜਿਸ ਨੂੰ ਪਾ ਕੇ ਅਗਿਆਨਤਾ ਦੇ ਅੰਧੇਰੇ ਵਿੱਚ ਭੁੱਲੇ ਭਟਕੇ ਕੋਈ ਜੀਵ ਸੱਚੇ ਸੁਖ ਦਾ ਮਾਰਗ ਲੱਭਦੇ ਹਨ ਨਾਮ ਦੇ ਪ੍ਰਤਾਪ ਕਰਕੇ ਜਿਨ੍ਹਾਂ ਸੰਤ ਜਨਾਂ ਨੇ ਮਨ ਨੂੰ ਵਸਿਕਾਰ ਕੀਤਾ ਹੈ ਪਰੰਪਰਿਕ ਵਾਹਿਗੁਰੂ ਜੀ ਤਿਨ੍ਹਾਂ ਜਨਾਂ ਨੂੰ ਆਪਣਾ ਸਰੂਪ ਬ੍ਰਹਮ ਗਿਆਨ ਤੇ ਸਰਵਗਤ ਆਦਿਕ ਵਿਪੂਤੀ ਸਰਬੰਸ ਦੇ ਦਿੰਦੇ ਹਨ ਨਾਨਕ ਤិន ਸੰਤਨ ਸਰਣਾਗਤੀ ਜਿਨ ਮਨਵਸ ਕੀਨਾ ਤਨ ਧਨ ਸਰਵਸ ਆਪਣਾ ਪ੍ਰਭ ਜਨ ਕੋ ਦੀਨਾ ਆਪਣੀ ਸੰਗਤ ਬਖਸ਼ ਕੇ ਬੇਅੰਤ ਜੀਵਾਂ ਦਾ ਭਲਾ ਕਰਨ ਵਾਲੇ ਐਸੇ ਪਰਉਪਕਾਰੀ ਮਹਾਪੁਰਸ਼ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਰਮਸਰਾੜਾ ਸਾਹਿਬ ਵਾਲਿਆਂ ਦਾ ਪਵਿੱਤਰ ਜੀਵਨਾ ਸੰਤ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਨੇ ਗੁਰਮਤ ਦੇ ਆਧਾਰ ਤੇ ਵਿਦਵਤਾ ਪਰਪੂਰ ਸੋਹਣੇ ਟੰਗ ਦੇ ਨਾਲ ਰਸ ਭਰਿਆ ਲਿਖਣਾ ਕੀਤਾ ਹੈ ਜੋ ਪੜਨ ਸੁਣਨ ਦੇ ਨਾਲ ਸਰਵਤ ਦਾ ਭਲਾ ਕਰਨ ਵਾਲਾ ਗੁਰਮਤ ਦਾ ਸੁਮਾਰਗ ਹੈ ਗੁਰਮਤ ਦਾ ਸੁਮਾਰਗ ਦਿਖਾ ਕੇ ਲੋਕ ਸੁਖੀਏ ਪਰ ਲੋਕ ਸੁਕੇ ਲੈ ਬਣਾਉਣ ਵਾਲਾ ਹੈ ਸੋ ਮੈਂ ਸਮੂਹ ਸੰਤ ਜਨਾ ਪ੍ਰੇਮੀ ਗੁਰਮੁਖਾਂ ਨੂੰ ਸਨਮਰ ਬੇਨਤੀ ਕਰਦਾ ਹਾਂ ਕਿ ਇਹੋ ਜਿਹਾ ਕੇ ਸਰਬਉਤਮ ਗੁਣਾਂ ਦੇ ਧਾਰਨੀ ਸਤਪੁਰਸ਼ਾਂ ਦੇ ਜੀਵਨ ਨੂੰ ਪੜ੍ਹ ਸੁਣ ਕੇ ਗੁਰਮਤ ਦੇ ਅਨੁਸਾਰ ਚੱਲ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਓ ਇੱਤੇ ਤੱਕ ਸਾਧ ਸੰਗਤ ਜੀ ਅਜੇ ਸੰਤ ਗਿਆਨੀ ਮੋਹਨ ਸਿੰਘ ਜੀ ਦੀ ਮਹਿਮਾ ਚੱਲ ਰਹੀ ਹੈ ਜਿਨ੍ਹਾਂ ਨੇ ਇਤਨਾ ਵੱਡਾ ਇਤਿਹਾਸ ਲਿਖਿਆ ਹੈ ਇਸ ਤੋਂ ਅੱਗੇ ਨਿਤ ਅਵਤਾਰ ਨਿਮਿਤ ਅਵਤਾਰ ਪੁਸ਼ਮ ਪੁਸ਼ਪ ਭੇਟ ਜਿਤਨੀ ਵੀ ਮਹਿਮਾ ਅੱਗੇ ਆਵੇਗੀ ਆਪ ਜੀ ਧਿਆਨ ਨਾਲ ਸੁਣਦੇ ਰਹਿਣਾ ਇਹ ਆਪਣੇ ਮਹਾਪੁਰਖਾਂ ਦਾ ਇਤਿਹਾਸ ਹੈ ਵੱਧ ਤੋਂ ਵੱਧ ਸਾਨੂੰ ਸ਼ੇਅਰ ਕਰਨਾ ਚਾਹੀਦਾ ਹੈ ਵੱਧ ਤੋਂ ਵੱਧ ਸਾਨੂੰ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤਨ ਤਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਤਨ ਤਨ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਤਨ ਤਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਅਤੇ ਸਾਡੇ ਦਾਦਾ ਜੀ ਜਥੇਦਾਰ ਸੰਤ ਬਾਬਾ ਪ੍ਰੇਮ ਸਿੰਘ ਜੀ ਮਹਾਰਾਜ ਜੀ ਦਾ ਨਾਮ ਲਿਖਣਾ ਚਾਹਕੀਦਾ ਹੈ ਤਾਂ ਕਿ ਸਾਧ ਸੰਗਤ ਜੀ ਸਾਨੂੰ ਵੀ ਆਪ ਸੰਗਤਾਂ ਦੇ ਸਹਿਯੋਗ ਦਾ ਸਤਿਕਾਰ ਦਾ ਪਤਾ ਲੱਗ ਸਕੇ ਇਤਨੀਆਂ ਬੇਨਤੀਆਂ ਪਰਵਾਨ ਰਹਿੰਦੀ ਵਿਚਾਰ ਕੱਲ ਨੂੰ ਕਰਾਂਗੇ ਦੇਵ ਅਸੀਸ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ